ਦਾ ਐਸੋ ਲਈ ਤਾਂ ਹਰ ਸ਼ਹਿਰ ਵਾਸੀ ਦੇ ਜ਼ਿਹਨ 'ਚ ਗੱਲ ਹੈਗੀ ਹੈ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਹਰ ਪਾਸੇ ਇਨਕ੍ਰੋਚਮੈਂਟ ਹੈ ਦੇਖ ਲਓ ਤੁਸੀਂ ਕਿਸੇ ਬਾਜ਼ਾਰਾਂ 'ਚ ਚੱਲ ਜਓ ਮੇਨ ਰੋਡ 'ਤੇ ਚੱਲ ਜਓ ਪੂਰੇ ਪੰਜਾਬ ਦੇ ਜਿੰਨੀਆਂ ਵੀ ਕਾਰਪੋਰੇਸ਼ਨਸ ਐ ਜਿੰਨੀਆਂ ਵੀ ਕਾਉਂਸਲਸ ਹੈਗੀਆਂ ਨੇ ਉਹਨਾਂ ਦੇ ਜਿਹੜੇ ਹੈੱਡ ਮੁਖੀ ਨੇ ਉਹਨਾਂ ਨੂੰ ਡਾਇਰੈਕਸ਼ਨ ਸਿਗੀ ਕਿ ਆਪਣੇ ਏਰੀਆ ਦੀ ਇਨਕ੍ਰੋਚਮੈਂਟ ਜਿੰਨੀਆਂ ਵੀ ਐ ਉਹ 6 ਮਹੀਨੇ ਦੇ ਵਿੱਚ ਵਿੱਚ ਉਹਨੂੰ ਰਿਮੂਵ ਕਰਨ ਠੀਕ ਹੈ 6 ਮਹੀਨੇ ਦੇ ਅੰਦਰ ਮੂਵ ਨਹੀਂ ਕਰਨਗੇ ਤਾਂ ਕੱਲ ਨੂੰ ਕੋਈ ਵੀ ਪਬਲਿਕ ਸਪਿਰਿਟਿਡ ਪਰਸਨ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਬੰਦਾ ਉਹ ਸਿੱਧਾ ਹਾਈ ਕੋਰਟ ਚ ਕੰਟੈਂਪਟ ਆਫ ਕੋਰਟ ਫਾਈਲ ਕਰ ਦੇਵੇ ਫੁੱਟਪਾਥ ਬਣੇ ਆ ਕਾਰ ਪੂਸ਼ੇ ਦੇ ਰਿਗਾਰਡ ਚ ਸਾਰ ਰੋਡ ਦੇ ਉੱਤੇ ਫੁੱਟਪਾਥ ਨੇ ਪਰ ਫੁੱਟਪਾਥ ਨਜ਼ਰ ਹੀ ਨਹੀਂ ਆਉਂਦੇ ਕਿਉਂਕਿ ਉਹਨਾਂ ਤੇ ਇਨਕ੍ਰੋਚਮੈਂਟ ਹੈ ਉਹਨਾਂ ਦੇ ਲੋਕਾਂ ਨੇ ਆਪਣੇ ਬੋਰਡ ਸਾਈਨ ਬੋਰਡ ਲਗਾਏ ਤੇ ਦੁਕਾਨਦਾਰਾਂ ਨੇ ਤੇ ਕਿੱਥੇ ਆ ਗਏ ਆਪਣਾ ਸਮਾਨ ਰੱਖਦੇ ਆ ਤਾਂ ਪੂਰਾ ਕਬਜ਼ਾ ਕੀਤਾ ਤਾਂ ਪਬਲਿਕ ਕਿੱਥੇ ਆਏਗੀ ਸੈਂਟਰ ਚ ਵਿਚਾਲੇ ਚੱਲਣਾ ਹੀ ਮਜਬੂਰ ਹੈ ਜਿੱਦਾਂ ਐਕਸੀਡੈਂਟ ਹੁੰਦੇ ਨੇ ਤੇ ਇਹ ਬਿਜਾਰੀ ਡਿਪਾਰਟਮੈਂਟ ਕਾਰਪੋਰੇਸ਼ਨ ਦੀ ਡਿਊਟੀ ਕੀ ਹੈਗੀ ਹੈ ਕਿ ਇਨਕੋਰਚਮੈਂਟ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਕਬਜ਼ੇਆਂ ਥੋੜਾ ਹਟਾਉਣਾ ਪਰ ਇਹਨਾਂ ਦੀ ਸੈਟਿੰਗ ਹੋਈ ਹੋਈ ਹੈ ਸੈਟਿੰਗ ਕੀ ਹੋਈ ਹੈ ਮਹੀਨੇ ਲੱਗੇ ਆ ਉੱਥੇ ਬਸ ਮਹੀਨੇ ਲੱਗੇ ਆਪਣਾ ਪਰਚੀ ਜੀ ਘੱਟ ਕੇ ਘਰ ਨੂੰ ਆ ਜਾਂਦੇ ਨੇ ਬਸ ਉਹ ਸ਼ੋਅ ਕਰ ਦਿੰਦੇ ਨੇ ਜਿਵੇਂ ਆਪਾਂ ਉਹ ਅੱਛਾ ਵੇ ਦੁਕਾਨਦਾਰ ਜਿਨ੍ਹਾਂ ਨੇ ਪਰਚੀ ਘਟਾਤੀ ਉਹ ਤਾਂ ਸਮਝਦੇ ਕਿ ਅਸੀਂ ਮਾਲਕ ਬਣ ਗਏ ਆ ਜਗ੍ਹਾ ਤੇ ਤੇ ਉਹ ਪੂਰਾ ਕਬਜ਼ੇ ਨਾਲ ਸਰੇ ਆਮ ਕੰਮ ਚੱਲਦਾ ਉਹ ਛੇਖਾ ਬਿਜਾਰੀ ਗੱਲ ਚੱਲ ਲੋ ਮੈਂ ਉਸ ਦਿਨ ਕਮਿਸ਼ਨਰ ਸਾਹਿਬ ਨੂੰ ਹੀ ਕਿਹਾ ਸੀ ਕਿ ਮੇਰੇ ਨਾਲ ਜਾ ਕੇ ਤੁਸੀਂ ਸਰਕਾਰ ਨੂੰ ਕੀ ਜਾਣੇ ਸਰਕਾਰ ਹਮੇਸ਼ਾ ਲੋਸ ਤੇ ਜਲਦੀ ਹੈ ਇਹਨਾਂ ਦੀ ਕਾਰਪੋਰੇਸ਼ਨ ਤੁਸੀਂ ਦੇਖੋ ਪਰ ਜੇ ਇਹ ਬਿਲਕੁਲ ਕਾਨੂੰਨੀ ਢੰਗ ਨਾਲ ਇਹ ਜਿਹੜੀਆਂ ਪਰਚੀਆਂ ਘਟਦੀਆਂ ਸਰਕਾਰ ਦੇ ਖਜ਼ਾਨੇ ਜਾਂ ਤਾਂ ਕਾਰਪੋਰੇਸ਼ਨ ਦਾ ਅਮੀਰ ਹੋ ਜਾਵੇ ਰਤੋ ਰਾਤੀ ਇਹ ਕਿ ਇਹਨਾਂ ਦੀ ਜੇਬਾਂ ਜਾਂਦੀਆਂ ਕਿਤੇ ਇਹਨਾਂ ਦੀ ਜਾ ਕੇ ਤੁਸੀਂ ਇਨਕੁਆਰੀਆਂ ਕਰਨ ਨਾ ਇਹਨਾਂ ਦੇ ਘਰਾਂ 'ਚ ਪਤਾ ਲੱਗੂਗਾ ਕਰੋੜਾਂ ਰੁਪਏ ਦੇ ਮਾਲਕ ਪੋਲੀਟੀਸ਼ੀਨ ਵੀ ਆ ਗਏ ਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਨਾਲ ਸੈਟਿੰਗ ਹੋਈਦੀ ਹੈ ਕਿਉਂਕਿ ਉਹਨਾਂ ਨੂੰ ਨਜ਼ਰ ਆਂਦਾ ਐਮਐਲਏ ਲੈ ਕੇ ਗੱਡੀਆਂ ਲੈ ਕੇ ਉੱਪਰ ਆਪਣੀਆਂ ਰੈੱਡ ਲਾਈਟ ਲਾ ਕੇ ਘੁੰਮਦੇ ਸ਼ਹਿਰਾਂ 'ਚ ਉਹਨਾਂ ਨੂੰ ਨਜ਼ਰ ਆਂਦਾ ਸ਼ਹਿਰ ਦਾ ਕੀ ਹਾਲ ਹੈ ਸਵਾਏ ਇਹਨਾਂ ਨੂੰ بس ਇਲੈਕਸ਼ਨ ਲੰਡੇ ਇਹ ਇਲੈਕਸ਼ਨ ਜਿੱਤਨੇ ਉਸ ਤੋਂ ਇਲਾਵਾ ਇਹਨਾਂ ਨੂੰ ਨਹੀਂ ਪਤਾ ਪਬਲਿਕ ਕੀ ਕਰਦੀ ਵੀ ਹੈ ਪਬਲਿਕ ਨੂੰ ਕੀ ਪ੍ਰੋਬਲਮਸ ਹੈਗੀਆਂ ਕੋਈ ਸਵਾਲ ਨਹੀਂ ਸੁਣਦਾ ਸਾਡੇ ਦੇਸ਼ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਔਰ ਇਸ ਸਾਰੀ ਵਧੀ ਹੋਈ ਆਬਾਦੀ ਜਦ ਸੜਕਾਂ ਤੇ ਆ ਜਾਂਦੀ ਹੈ ਤੇ ਸੜਕਾਂ ਸੁਗੜੀਆਂ ਹੋਈਆਂ ਸਾਨੂੰ ਨਜ਼ਰ ਆਉਂਦੀਆਂ ਨੇ ਸੜਕਾਂ ਤੋਂ ਲੰਘਣਾ ਮੁਸ਼ਕਲ ਹੋ ਗਿਆ ਵੱਡੀਆਂ ਵੱਡੀਆਂ ਸੜਕਾਂ ਵੀ ਇੱਕ ਪਗਡੰਡੀਆਂ ਜੀਆਂ ਬਣ ਕੇ ਰਹਿ ਗਈਆਂ ਨੇ ਇਸ ਦਾ ਮਤਲਬ ਇਹ ਨਹੀਂ ਕਿ ਸਰਦੀ ਦੇ ਵਿੱਚ ਸਾਡੀ ਸੜਕ ਜਿਹੜੀ ਹੈ ਉਹ ਸੁੰਗੜ ਜਾਂਦੀ ਹੈ ਤੇ ਗਰਮੀ ਦੇ ਵਿੱਚ ਪਿਗਲ ਕੇ ਵੱਡੀ ਹੋ ਜਾਂਦੀ ਹੈ ਲੋਕ ਬਹੁਤ ਜ਼ਿਆਦਾ ਆ ਗਏ ਨੇ ਲੋਕਾਂ ਦੇ ਨਾਲ-ਨਾਲ ਜਿਹੜੇ ਦੁਕਾਨਦਾਰ ਨੇ ਆਲੇ-ਦੁਆਲੇ ਦੇ ਲੋਕ ਨੇ ਉਹਨਾਂ ਨੇ ਆਪਣਾ ਸਮਾਨ ਕੱਢ ਕੇ ਉਹਨਾਂ ਸੜਕਾਂ ਦੇ ਉੱਪਰ ਰੱਖ ਲਿਆ ਤੁਹਾਡੇ ਚੱਲਣਯੋਗੀਆਂ ਸੜਕਾਂ ਨਹੀਂ ਛੱਡੀਆਂ ਹੁਣ ਤੁਸੀਂ ਸੋਚੋਗੇ ਵੀ ਅਸੀਂ ਕਰੀਏ ਕੀ ਤੁਸੀਂ ਸੋਚਦੇ ਰਹੋ ਪਰ ਜਿਨ੍ਹਾਂ ਨੇ ਕਰ ਦਿੱਤਾ ਉਹ ਅੱਜ ਸਾਡੇ ਨਾਲ ਸਾਡੀ ਗੱਲਬਾਤ ਵਿੱਚ ਸ਼ਾਮਲ ਨੇ ਐਡਵੋਕੇਟ ਅਸ਼ੋਕ ਸ਼ਰਮਾ ਜਿਨ੍ਹਾਂ ਨੇ ਇਹਨਾਂ ਨਜਾਇਜ਼ ਕਬਜ਼ਿਆਂ ਦੇ ਉੱਪਰ ਇੱਕ ਵੱਡੀ ਸੱਟ ਮਾਰਦਿਆਂ ਹੋਇਆਂ ਜਿੱਥੇ ਪੰਜਾਬ ਪੁਲਿਸ ਮੁਖੀ ਨੂੰ ਲਿਖ ਦਿੱਤਾ ਹੈ ਉੱਥੇ ਹੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਫਿਰ ਵੀ ਕਿਸੇ ਨੇ ਨਾ ਸੁਣੀ ਤਾਂ ਵੱਡੇ ਪੱਧਰ ਤੇ ਕੋਈ ਫੈਸਲਾ ਲੈ ਸਕਦੇ ਨੇ ਸਾਡੇ ਨਾਲ ਨੇ ਅੱਜ ਐਡਵੋਕੇਟ ਅਸ਼ੋਕ ਸ਼ਰਮਾ ਜੀ ਸਭ ਤੋਂ ਪਹਿਲਾਂ ਸ਼ਰਮਾ ਜੀ ਸਾਡੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਥੈਂਕ ਯੂ ਜੀ ਥੈਂਕ ਯੂ ਜਿਵੇਂ ਇਸ ਵੇਲੇ ਸਾਡੇ ਨਾਲ ਐਡਵੋਕੇਟ ਅਸ਼ੋਕ ਸ਼ਰਮਾ ਜੀ ਨੇ ਤੇ ਸ਼ਰਮਾ ਜੀ ਜੇਕਰ ਅਸੀਂ ਗੱਲ ਕਰੀਏ ਕਿ ਸ਼ਹਿਰ ਦੇ ਵਿੱਚ ਕਬਜ਼ਿਆਂ ਦੀ ਪਰਮਾਰਿਆ ਹਰ ਕੋਨੇ ਤੇ ਹਰ ਸੜਕ ਦੇ ਉੱਪਰ ਕਬਜ਼ਾ ਹੈ ਕਿਸੇ ਹੋ ਨੂੰ ਖਿਆਲ ਨਹੀਂ ਆਇਆ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਜ਼ਿੰਦ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਦੇਖੋ ਸ਼ਹਿਰ ਦਾ ਇਸ ਵੇਲੇ ਦਾ ਹਰ ਸ਼ਹਿਰ ਵਾਸੀ ਦੇ ਜ਼ਹਿਨ ਚ ਗੱਲ ਹੈਗੀ ਹੈ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਹਰ ਪਾਸੇ ਇਨਕ੍ਰੋਚਮੈਂਟ ਹੈ ਦੇਖ ਲਓ ਤੁਸੀਂ ਕਿਸੇ ਬਜ਼ਾਰਾਂ ਚ ਚਲ ਜਓ ਮੇਨ ਰੋਡ ਤੇ ਚਲ ਜਓ ਹਰ ਜਗ੍ਹਾ ਹੀ ਇਨਕ੍ਰੋਚਮੈਂਟ ਹੈ ਦੁਕਾਨਦਾਰਾਂ ਨੇ ਪਤਾ ਨਹੀਂ ਉਹਨਾਂ ਨੂੰ ਕੀ ਉੱਥੇ ਕੀ ਗਾਹਕ ਜਿਆਦਾ ਲਪਣਾ ਕੀ ਕਰ ਕਰਕੇ 10-10 ਫੁੱਟ ਅੱਗੇ ਪਹਿਲਾਂ ਕਬਜ਼ਾ ਕਰ ਲੈਂਦੇ ਆ ਉਸ ਤੋਂ ਬਾਅਦ ਉੱਥੇ ਆ ਕੇ ਆਪਣਾ ਕੋਈ ਜਿਹੜਾ ਗਾਹਕ ਜਾਂ ਉਹਨਾਂ ਕੋਲ ਕੋਈ ਠੀਕ ਕਰਨ ਆਂਦਾ ਉੱਥੇ ਸੈਂਟਰ 'ਚ ਜਾ ਕੇ ਸੜਕ ਤੇ ਜਾ ਕੇ ਰਿਪੇਅਰ ਕਰਨ ਲੱਪੰਦੇ ਤੇ ਮਤਲਬ ਕਿ ਤੁਸੀਂ ਦੇਖੋ ਨਾ ਕਿ ਹਾਲਾਤ ਬਹੁਤ ਹੀ ਮਾੜੇ ਆ ਪੈਦਲ ਚੱਲਣਾ ਵੀ ਸ਼ਹਿਰ 'ਚ ਮੁਸ਼ਕਲ ਹੋਇਆ ਪਿਆ ਇਸ ਵੇਲੇ ਜੀ ਔਰ ਜਿਵੇਂ ਤੁਸੀਂ ਦੱਸਿਆ ਕਿ ਪੈਦਲ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਸੱਚਮੁੱਚ ਸ਼ਹਿਰ ਦੀਆਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿੱਥੇ ਸੜਕਾਂ ਬਹੁਤ ਖੁੱਲੀਆਂ ਨੇ ਪਰ ਉੱਥੇ ਖੁੱਲ੍ਹ ਦਲੀ ਦੇ ਨਾਲ ਕਬਜ਼ੇ ਵੀ ਹੋਏ ਪਏ ਨੇ ਔਰ ਸਰਕਾਰ ਆਪਣੀਆਂ ਬੰਦ ਅੱਖਾਂ ਦੇ ਨਾਲ ਕੁਝ ਵੀ ਦੇਖ ਨਹੀਂ ਪਾ ਰਹੀ ਸਰਕਾਰ ਦੀਆਂ ਅੱਖਾਂ ਖੋਲਣ ਦੇ ਵਾਸਤੇ ਤੁਸੀਂ ਡੀਜੀਪੀ ਸਾਹਿਬ ਦਾ ਦਰ ਖੜਕਾਇਆ ਦੇਖੋ 2008 ਚ ਸਾਡੇ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਟੀ ਐਸ ਠਾਕੁਰ ਸੀਗੇ ਜਸਟਿਸ ਟੀ ਐਸ ਠਾਕੁਰ ਸਾਹਿਬ ਨੇ ਇੱਕ ਆਰਡਰ ਪਾਸ ਕੀਤਾ ਸੀ ਸੋ ਮੋਟੋ ਉਹਨਾਂ ਨੇ ਰਿਟ ਪਟੀਸ਼ਨ ਜੇ ਕਨਸੀਡਰ ਪੀ ਆਈ ਐਲ ਕਨਸੀਡਰ ਕਰਕੇ ਉਹਨਾਂ ਨੇ ਆਰਡਰ ਪਾਸ ਕੀਤਾ ਸੀ ਕਿ ਪੂਰੇ ਪੰਜਾਬ ਦੇ ਜਿੰਨੀਆਂ ਵੀ ਕਾਰਪੋਰੇਸ਼ਨਸ ਆ ਜਿੰਨੀਆਂ ਵੀ ਕੌਂਸਲਸ ਹੈਗੀਆਂ ਨੇ ਉਹਨਾਂ ਦੇ ਜਿਹੜੇ ਹੈੱਡ ਮੁਖੀ ਨੇ ਉਹਨਾਂ ਨੂੰ ਡਾਇਰੈਕਸ਼ਨ ਸੀਗੀ ਕਿ ਆਪਣੇ ਏਰੀਆ ਦੀ ਐਨਕ੍ਰੋਚਮੈਂਟ ਜਿੰਨੀਆਂ ਵੀ ਐ ਉਹ 6 ਮਹੀਨੇ ਦੇ ਵਿੱਚ ਵਿੱਚ ਉਹਨੂੰ ਰਿਮੂਵ ਕਰਨ ਜੀ ਠੀਕ ਐ 6 ਮਹੀਨੇ ਦੇ ਅੰਦਰ ਰਿਮੂਵ ਨਹੀਂ ਕਰਨਗੇ ਤਾਂ ਕੱਲ ਨੂੰ ਕੋਈ ਵੀ ਪਬਲਿਕ ਸਪਿਰਿਟਿਡ ਪਰਸਨ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਬੰਦਾ ਉਹ ਸਿੱਧਾ ਹਾਈ ਕੋਰਟ 'ਚ ਕੰਟੈਂਪਟ ਆਫ ਕੋਰਟ ਫਾਈਲ ਕਰੇਗਾ ਠੀਕ ਐ ਨਾ ਉਸ ਤੋਂ ਬਾਅਦ ਪਰ ਤੁਹਾਨੂੰ ਪਤਾ ਹੀ ਐ ਸਾਡਾ ਐਡਮਿਨਿਸਟ੍ਰੇਸ਼ਨ ਕੀ ਐ ਤੇ ਸਾਡੀ ਸਰਕਾਰਾਂ ਕੀ ਨੇ ਕੋਈ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਆਰਡਰਾਂ ਨਾਉਂਗੇ ਜਿਹੜਾ ਕਿ ਉਹ ਸਿਰ ਮੱਤੇ ਨਹੀਂ ਰੱਖਦੇ ਤੇ ਬਟ ਹੁਣ ਪਿੱਛੇ ਤੋਂ ਮੈਂ ਗੱਲ ਕਰਾਂਗੇ ਇੱਕ ਸਾਡੇ ਪਬਲਿਕ ਸਪਰਿਟਡ ਪਰਸਨ ਹੈ ਉਹ ਨਾਮ ਚਲੋ ਮੈਂ ਦਿਮਾਗ ਨਹੀਂ ਹੈ ਤੇ ਬੱਸ ਸਟੈਂਡ ਦੇ ਕੋਲ ਹੀ ਹੈ ਜਿਹੜੀ ਇਨਕ੍ਰੋਚਮੈਂਟਸ ਕੋਕੇ ਬਨੇ ਆ ਉਹਦੇ ਲਈ ਉਹਨੇ ਕੰਡਮਪਟ ਆਫ ਕੋਰਟ ਕੀਤੀ ਤੇ ਪੂਰਾ ਸੰਗਿਆਨ ਹਾਈ ਕੋਰਟ ਨੇ ਲਿੱਤਾ ਤੇ ਕਮਿਸ਼ਨਰ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਇਹਨੂੰ 20 ਮਾਰਚ ਤੋਂ ਪਹਿਲਾਂ ਪਹਿਲਾਂ ਇਨਕ੍ਰੋਚਮੈਂਟ ਜਿੰਨੀਆਂ ਵੀ ਬੱਸ ਸਟੈਂਡ ਦੀ ਜਿਹੜੀ ਉਹ ਜਿਹੜਾ ਉੱਪਰ ਫਲਾਈਓਵਰ ਦੇ نیچے ਹੈ ਉਹਨੂੰ ਰਿਮੂਵ ਕਰਨ ਅਦਰਵਾਈਜ਼ ਇਹਦਾ ਕੰਡਮਪਟ ਆਫ ਕੋਰਟ ਹੋਏਗਾ ਬਿਲਕੁਲ ਜੀ ਔਰ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਇਹ ਕੋਰਟ ਦੀ ਮਾਨਹਾਨੀ ਹੈ ਉਹਨਾਂ ਦੇ ਜੋ ਫੈਸਲੇ ਲੀਤੇ ਗਏ ਨੇ ਉਹਨਾਂ ਦੀ ਇਹ ਸਿੱਧੇ ਤੌਰ ਤੇ ਅਣਦੇਖੀ ਹੈ ਕੋਰਟ ਦੇ ਫੈਸਲਿਆਂ ਨੂੰ ਟਿਚ ਜਾਣਦੇ ਨੇ ਅਧਿਕਾਰੀ ਵੀ ਤੇ ਦੂਸਰੇ ਲੋਕ ਵੀ ਤੇ ਜੇਕਰ ਹੁਣ ਉਹ ਮਾਨਹਾਨੀ ਦਾ ਦਾਵਾ ਹੋ ਗਿਆ ਮਾਨਹਾਨੀ ਉਹਨੂੰ ਕਹਾਂ ਕੋਰਟ ਦੀ ਜਿਹੜੀ ਆਰਡਰ ਦੀ ਉਲੰਘਣਾ ਅਵੇਹਲ ਹੁਣ ਉਲੰਘਣਾ ਔਰ ਜਿਹੜੀ ਇਹ ਉਲੰਘਣਾ ਹੋ ਰਹੀਏ ਇਹਦੇ ਵਾਸਤੇ ਜਿਹੜੇ ਉਲੰਘਣਾ ਕਰੇ ਅਧਿਕਾਰੀ ਉਹ ਵੀ ਫਿਰ ਨੂੜੇ ਜਾਣਗੇ ਯੈਸ ਉਹਨਾਂ ਦੇ ਐਕਸ਼ਨ ਕਿਉਂਕਿ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕੰਟੈਂਪਟ ਆਫ ਕੋਰਟ ਦੀ ਉਹ ਕਮਿਸ਼ਨਰ ਨੂੰ ਪਾਰਟੀ ਬਣਾਇਆ ਗਿਆ ਕਮਿਸ਼ਨਰ ਔਰ ਕਾਰਪੋਰੇਸ਼ਨ ਨੂੰ ਉਹਨੂੰ ਪਰਸਨਲੀ ਇਹ ਨਾਲ ਕਿਹਾ ਕਿ ਉੱਥੇ ਪਰਸਨਲੀ ਪੇਸ਼ ਹੋਣਾ ਪਲੱਸ ਜਵਾਬ ਤਿਆਰ ਕਰਕੇ ਲੈਣਾ ਕਿ ਇਨਕ੍ਰੋਚਮੈਂਟ ਤੁਸੀਂ ਰਿਮੂਵ ਕੀਤੀਆਂ ਕਿ ਨਹੀਂ ਕੀਤੀਆਂ ਜੇ ਨਹੀਂ ਕੀਤੀਆਂ ਤਾਂ ਫਿਰ ਫਰਦਰ ਰਿਐਕਸ਼ਨ ਹਾਈ ਕੋਰਟ ਲਈ ਗਈ ਉਹਦੇ ਤੇ ਔਰ ਦੇਖੋ ਇਹ ਇਹ ਜਿਹੜੇ ਇਹ ਜ਼ਿੰਮੇਵਾਰ ਜ ਅਸਲ ਵਿੱਚ ਜਦੋਂ ਕੋਈ ਕਬਜ਼ਾ ਸਾਡੇ ਘਰ ਦੇ ਮੂਹਰੇ ਕੋਈ ਚੀਜ਼ ਰੱਖਦਾ ਤੇ ਉਸ ਨੂੰ ਉਸੇ ਵੇਲੇ ਫਟਾਫਟ ਕਹਿਨੇ ਆ ਕਿ ਭਾਈ ਇਹ ਮੇਰੀ ਥਾਂ ਤੋਂ ਇੱਥੇ ਨਾ ਰੱਖ ਇਹ ਹਟਾਉਣ ਦੀ ਜ਼ਿੰਮੇਵਾਰੀ ਸਭ ਤੋਂ ਪਹਿਲੀ ਕਿਹਦੀ ਆ ਦੇਖੋ ਕਾਰਪੋਰੇਸ਼ਨ ਜਿਹੜੀ ਇਹਦੀ ਡਿਊਟੀ ਬੰਦੀ ਆ ਕਿ ਠੀਕ ਹੈ ਨਾ ਕਿ ਜਿੰਨੀ ਆ ਇਨਕ੍ਰੋਚਮੈਂਟ ਸ਼ਹਿਰ 'ਚ ਹੈਗੀਆਂ ਨੇ ਇਹਨਾਂ ਨੂੰ ਰਿਮੂਵ ਕਰਨਾ ਹੈ ਤਾਂ ਕਿ ਸਚਾਰੂ ਢੰਗ ਨਾਲ ਕਿ ਉੱਥੇ ਲੋਕ ਆਵਾਜਾਈ ਭਾਵਨਾ ਦੀ ਆਵਾਜਾਈ ਵੀ ਹੋਵੇ ਪਰ ਪਬਲਿਕ ਵੀ ਉੱਥੇ ਆਰਾਮ ਨਾਲ ਆਪਣਾ ਜਿੱਥੇ ਵੀ ਜਾਣਾ ਨਿਕਲ ਸਕਦੀ ਹੈ ਦੇਖੋ ਨਾ ਉਹਨਾਂ ਜੀ ਕਹਿੰਦੀ ਤਰੀਕੇ ਚ ਫੁੱਟਪਾਥਾਂ ਦਾ ਹਾਲ ਦੇਖੋ ਫੁੱਟਪਾਥ ਬਣੇ ਆ ਕਾਰਪੋਰੇਸ਼ਨ ਦੇ ਰਿਗਾਰਡ ਚ ਹਰ ਰੋਡ ਦੇ ਉੱਤੇ ਫੁੱਟਪਾਥ ਨੇ ਪਰ ਫੁੱਟਪਾਥ ਨਜ਼ਰ ਹੀ ਨਹੀਂ ਆਉਂਦੇ ਕਿਉਂਕਿ ਉਹਨਾਂ ਤੇ ਇਨਕ੍ਰੋਚਮੈਂਟ ਹੈ ਉਹਨਾਂ ਦੇ ਉਹਨਾਂ ਨੇ ਆਪਣੇ ਬੋਰਡ ਸਾਈਨ ਬੋਰਡ ਲਗਾਏ ਨੇ ਦੁਕਾਨਦਾਰਾਂ ਨੇ ਤੇ ਕਿੱਥੇ ਆ ਕੇ ਉਹ ਆਪਣਾ ਸਮਾਨ ਰੱਖਦੇ ਆ ਤਾਂ ਪੂਰਾ ਕਬਜ਼ਾ ਕੀਤਾ ਤਾਂ ਪਬਲਿਕ ਕਿੱਥੇ ਆਏਗੀ ਸੈਂਟਰ ਚ ਵਿਚਾਲੇ ਚੱਲਣ ਲਈ ਮਜਬੂਰ ਆ ਜਿਹਨਾਂ ਐਕਸੀਡੈਂਟ ਹੁੰਦੇ ਨੇ ਦੇਖੋ ਫੁੱਟਪਾਥਾਂ ਦੀ ਜਿਹੜਾ ਅਸੀਂ ਗੱਲ ਕਰਦੇ ਫੁੱਟਪਾਥਾਂ ਦੇ ਉੱਪਰ ਰੇੜੀਆਂ ਵੀ ਬਹੁਤ ਲੱਗੀਆਂ ਹੋਈਆਂ ਨੇ ਬਿਲਕੁਲ ਬਿਲਕੁਲ ਔਰ ਦੁਕਾਨਦਾਰਾਂ ਨੇ ਆਪਣਾ ਸਮਾਨ ਰੱਖਿਆ ਹੋਇਆ ਫੁੱਟਪਾਥ ਤੇ ਜਿਹੜੇ ਚੱਲਣ ਵਾਲੇ ਲੋਕ ਨੇ ਪੈਦਲ ਚੱਲਣਗੇ ਉਹ ਕਿੱਥੇ ਜਾਣਗੇ ਸੜਕਾਂ ਤੇ ਫੇਰ ਕਰਨੀਆਂ ਹਾਂ ਬਿਲਕੁਲ ਬਿਲਕੁਲ ਐਸੇ ਲਈ ਮੈਂ ਡੀਜੀਪੀ ਸਾਹਿਬ ਨੂੰ ਵੀ ਇੱਕ ਪਿੱਛੇ ਹੁਣ ਮੈਂ ਕੰਪਲੇਂਟ ਦਿੱਤੀ ਸੀਗੀ ਕਿ ਸ਼ਹਿਰ ਦਾ ਜਿਹੜੀ ਸਾਡੀ ਬਹੁਤ ਸਮੱਸਿਆ ਬਹੁਤ ਟ੍ਰੈਫਿਕਸ ਪ੍ਰੋਬਲਮ ਹੈ ਇਨਕਰੋਚਮੈਂਟਸ ਬਹੁਤ ਇਹ ਲਈ ਕੋਈ ਐਕਸ਼ਨ ਲਿੱਤਾ ਜਾਵੇ ਚਲੋ ਮਾਨਯੋਗ ਡੀਜੀਪੀ ਸਾਹਿਬ ਨੇ ਤੇ ਆਪਣਾ ਐਕਸ਼ਨ ਲੈਂਦੇ ਆ ਕਮਿਸ਼ਨਰ ਸਾਹਿਬ ਨੂੰ ਕੀਤਾ ਕਿ ਫਰਦਰ ਉਹਨਾਂ ਨੇ ਡਿਪਿਊਟ ਵੀ ਕੀਤੀ ਟੀਮ ਉਸ ਤੇ ਥੋੜਾ ਐਕਸ਼ਨ ਲੈਂਦੇ ਲੈਂਦੇ ਜਿਹੜੀ ਆ ਆਪਣਾ ਕੰਪਨੀ ਮੈਗ ਚੋਂ ਤੋਂ ਜੇਲ੍ਹ ਲੋੜ ਤੱਕ ਇਹਨਾਂ ਨੇ ਜਿਹੜੀ 3 ਵੀਲਰਸ ਜਿਹੜੇ ਉਹਨਾਂ ਦੀ ਆਵਾਜ਼ ਇਹਨੂੰ ਬੰਦ ਕੀਤਾ ਉੱਤੇ ਥੋੜਾ ਜਿਹਾ ਫਰਕ ਜ਼ਰੂਰ ਪਿਆ 25 30% ਜਿਹਾ ਸੀਗਾ ਇਹ ਟ੍ਰੈਫਿਕ ਦੀ ਇਸੇ ਤਰ੍ਹਾਂ ਜੇ ਪੁਲਿਸ ਚਾਵੇ ਐਡਮਿਨਿਸਟ੍ਰੇਸ਼ਨ ਚਾਵੇ ਤਾਂ ਸਭ ਕੁਝ ਹੋ ਸਕਦਾ ਜੀ ਸਾਰੀ ਜਿਹੜੀ ਵੀ ਕਨਕਰੋਚਮੈਂਟਾਂ ਜਿੰਨੀਆਂ ਵੀ ਟ੍ਰੈਫਿਕ ਦੀਆਂ ਜਿੰਨੀਆਂ ਵੀ ਲੋਕਾਂ ਨੇ ਉਹ ਕਬਜ਼ੇ ਕੀਤੇ ਉਹ ਹਟਾਦੇ ਜਾਂ ਤਾਂ ਮੈਂ ਕਹਿੰਦਾ ਸ਼ਹਿਰ ਸਾਡਾ ਫੇਰ ਉਹੀ ਜਿਹੜਾ ਜਲੰਧਰ ਜਿਹੜਾ ਪੁਰਾਣਾ ਸ਼ਹਿਰ ਫੇਰ ਜਲੰਧਰ ਬਣ ਜਾਏਗਾ ਅੱਜ ਵੀ ਤੁਸੀਂ ਕਹਿੰਦੇ ਹੋ ਕਿ ਜੇ ਜਿਹੜਾ ਕਿ ਸਾਡਾ ਪ੍ਰਸ਼ਾਸਨਿਕ ਅਮਲਾ ਐਲ ਫੈਲਾ ਹੈਗਾ ਆ ਜੋ ਚਾਵੇ ਤਾਂ ਚਾਉਂਦੇ ਨਹੀਂ ਬਿਲਕੁਲ ਜੀ ਹੁਣ ਤੈਬਿਯਾਰੀ ਡਿਪਾਰਟਮੈਂਟ ਨਾਲ ਲੋ ਹੁਣ ਤੈਬਿਯਾਰੀ ਡਿਪਾਰਟਮੈਂਟ ਕਾਰਪੋਰੇਸ਼ਨ ਦੀ ਡਿਊਟੀ ਕੀ ਹੈਗੀ ਹੈ ਕਿ ਇਨਕ੍ਰੋਚਮੈਂਟ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਕਬਜ਼ੇਆਂ ਥੋੜਾ ਹਟਾਉਣਾ ਪਰ ਇਹਨਾਂ ਦੀ ਸੈਟਿੰਗ ਹੋਈ ਹੋਈ ਹੈ ਸੈਟਿੰਗ ਕੀ ਹੋਈ ਹੈ ਇਹ ਮਹੀਨੇ ਲੱਗੇ ਆ ਉੱਥੇ ਬਸ ਮਹੀਨੇ ਲੱਗੇ ਆਪਣਾ ਪਰਚੀ ਜੀ ਘਟ ਕੇ ਘਰ ਨੂੰ ਆ ਜਾਂਦੇ ਨੇ ਬਸ ਉਹ ਸ਼ੋਅ ਕਰ ਦਿੰਦੇ ਨੇ ਜਿਵੇਂ ਆਪਾਂ ਉਹ ਅੱਛਾ ਫੇ ਦੁਕਾਨਦਾਰ ਜਿਨ੍ਹਾਂ ਨੇ ਪਰਚੀ ਘਟਾਤੀ ਉਹ ਤਾਂ ਸਮਝਦੇ ਕਿ ਅਸੀਂ ਮਾਲਕ ਬਣ ਗਏ ਆ ਜਗ੍ਹਾ ਦੇ ਤੇ ਉਹ ਪੂਰਾ ਕਬਜ਼ੇ ਨਾਲ ਸਰੇ ਆਮ ਕੰਮ ਚੱਲਦਾ ਹੁਣ ਸ਼ੇਖਾ ਬਿਯਾਰੀ ਦੀ ਇਹ ਕੀ ਹਾਲ ਹੋਇਆ ਦਾ ਸ਼ਹਿਰ ਚ ਤੁਸੀਂ ਮੇਰੇ ਸਕੂਟਰ ਦੇ ਪਿੱਛੇ ਬਿਆ ਕੇ ਦੇਖੋ 15 ਫੁੱਟ ਜੇ ਰੋਡ ਹੈਗੀ ਆ ਦੀ ਤੋਇ ਸ਼ੰਖਾ ਬਾਜ਼ਾਰ ਦੀ ਤੇ 5 ਫੁੱਟ ਇਧਰ ਦੁਕਾਨਦਾਰ ਨੇ ਵਧਾਈ 5 ਫੁੱਟ ਦੇ ਵਿੱਚੋਂ ਨਿਕਲਉ 4 ਫੁੱਟ ਜੇ ਰਿਕਸ਼ਾ ਵਿੱਚ ਆ ਜਾਏਗਾ ਤਾਂ ਪੈਦਲ ਬੰਦਾ ਨਹੀਂ ਨਿਕਲ ਸਕਦਾ ਉੱਥੇ ਜੀ ਕਿਉਂ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨਜ਼ਰ ਨਹੀਂ ਆਂਦਾ ਇਹ ਏਸੀ ਰੂਮਾਂ ਚ ਕੰਦਾਂ ਜਾ ਕੇ ਬਹਿ ਜਾਂਦੇ ਨੇ ਕਿ ਆਹਨਾਂ ਨੂੰ ਨਹੀਂ ਪਤਾ ਕਿ ਉੱਥੇ ਪਬਲਿਕੀ ਪ੍ਰੋਬਲਮ ਫੇਸ ਕਰਦੀ ਹੈ ਸਭ ਪਤਾ ਹੈ ਇਹਨਾਂ ਨੂੰ ਪਰ ਇਹ ਕੀ ਬਸ ਮਹੀਨੇ ਲੱਗੇ ਜੀ ਜਿਵੇਂ ਤੁਸੀਂ ਕਹਿੰਦੇ ਕਿ ਮਹੀਨੇ ਲੱਗੇ ਹੋਏ ਐ ਔਰ ਇਹ ਜਿਹੜੀਆਂ ਪਰਚੀਆਂ ਕੱਟਦੇ ਉਹ ਪਰਚੀਆਂ ਸਰਕਾਰੀ ਖਾਤੇ ਚ ਭਾਵੇਂ ਜਾਣ ਜਾਂ ਨਾ ਜਾਣ ਇਹਨਾਂ ਦੇ ਘਰ ਜਰੂਰ ਜਾਂਦੀਆਂ ਬਿਲਕੁਲ ਜੀ ਇਹਨਾਂ ਦੇ ਮਹੀਨਾ ਸਰਕਾਰ ਨੂੰ ਕੀ ਜਾਣਾ ਸਰਕਾਰ ਹਮੇਸ਼ਾ ਲਾਸ ਤੇ ਚਲਦੀ ਹੈ ਇਹਨਾਂ ਦੀ ਕਾਰਪੋਰੇਸ਼ਨ ਤੁਸੀਂ ਦੇਖੋ ਪਰ ਜੇ ਇਹ ਬਿਲਕੁਲ ਕਾਨੂੰਨੀ ਢੰਗ ਨਾਲ ਇਹ ਜਿਹੜੀਆਂ ਪਰਚੀਆਂ ਘਟਦੀਆਂ ਸਰਕਾਰ ਦੇ ਖਜ਼ਾਨੇ ਜਾਂ ਤਾਂ ਕਾਰਪੋਰੇਸ਼ਨ ਦਾ ਅਮੀਰ ਹੋ ਜਾਵੇ ਰਤੋ ਰਤੀ ਇਹ ਕਿ ਇਹਨਾਂ ਦੀ ਜੇਬਾਂ ਜਾਂਦੀਆਂ ਕਿਤੇ ਇਹਨਾਂ ਦੀ ਜਾ ਕੇ ਤੁਸੀਂ ਇਨਕੁਆਰੀਆਂ ਕਰਨ ਨਾ ਇਹਨਾਂ ਦੀ ਘਰਾਂ ਚ ਪਤਾ ਲੱਗੂਗਾ ਕਰੋੜਾਂ ਰੁਪਏ ਦੇ ਮਾਲਕ ਨਿਕਲਣੇ ਦੇਖੋ ਕਿੱਡਾ ਇਹ ਸਾਡੇ ਦੇਸ਼ ਦੇ ਵਿੱਚ ਹਨੇਰ ਕਰਦੀ ਚੱਲ ਰਹੀ ਹੈ ਕਿ ਕੋਈ ਇੱਥੇ ਪੁੱਛਣ ਵਾਲਾ ਨਹੀਂ ਜੇਕਰ ਇਹ ਅਫਸਰ ਪਰਚੀਆਂ ਕੱਟਦੇ ਆ ਇਹਨਾਂ ਨੂੰ ਕੋਈ ਪੁੱਛਣ ਵਾਲੇ ਪਰਚੇ ਤਾਂ ਛੋਟੇ ਛੋਟੇ ਅਫਸਰ ਜਾ ਕੇ ਕੱਟਦੇ ਕੋਈ ਇਨਸਪੈਕਟਰ ਹੈਗਾ ਜਾਂ ਕੋਈ ਹੋਰ ਹੈਗਾ ਤੇ ਇਹਦਾ ਮਤਲਬ ਕਿ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਰਲੇ ਮਿਲਦਾ ਸਭ ਦਾ ਬੁਰਾ ਹਾਲ ਹੈ ਜੀ ਮੈਂ ਤਾਂ ਕਵਾਂਗਾ ਜੀ ਸਾਡੇ ਜਿਹੜੇ ਪੋਲੀਟੀਸ਼ੀਨ ਵੀ ਆ ਗਏ ਆ ਉਹ ਵੀ ਕਿਤੇ ਨਾ ਕਿਤੇ ਇਹਨਾਂ ਨਾਲ ਸੈਟਿੰਗ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਨਜ਼ਰ ਆਂਦਾ ਐਮਐਲਏ ਲੈ ਕੇ ਗੱਡੀਆਂ ਲੈ ਕੇ ਉੱਪਰ ਆਪਣੀਆਂ ਰੈੱਡ ਲਾਈਟ ਲਾ ਕੇ ਘੁੰਮਦੇ ਸ਼ਹਿਰਾਂ ਚ ਉਹਨਾਂ ਨੂੰ ਨਜ਼ਰ ਆਂਦਾ ਸ਼ਹਿਰ ਦਾ ਕੀ ਹਾਲ ਹੈ ਸਵਾਏ ਇਹਨਾਂ ਨੂੰ ਬਸ ਇਲੈਕਸ਼ਨ ਲੰਡੇ ਆ ਤੇ ਇਲੈਕਸ਼ਨ ਜਿੱਤਨੇ ਆ ਇਸ ਤੋਂ ਇਲਾਵਾ ਉਹਨਾਂ ਨੂੰ ਨਹੀਂ ਪਤਾ ਪਬਲਿਕ ਕੀ ਕਰਦੀ ਵੀ ਹੈ ਪਬਲਿਕ ਨੂੰ ਕੀ ਪ੍ਰੋਬਲਮਸ ਹੈਗੀਆਂ ਕੋਈ ਸੋਲੂਸ਼ਨ ਨਹੀਂ ਹੈਗਾ ਇਹਨਾਂ ਦਾ ਜੀ ਤੇ ਜਿਹੜੀ ਤੁਸੀਂ ਚਿੱਠੀ ਲਿਖੀ ਸੀ ਡੀਜੀਪੀ ਸਾਹਿਬ ਨੂੰ ਉਹ ਇੱਥੇ ਆਈ ਆ ਥੋੜਾ ਜਿਹਾ ਅਸਰ ਹੋਇਆ ਬਾਕੀ ਕੀ ਲੱਗਦਾ ਅਸਰ ਹੋਜੂ ਜਾਂ ਫਿਰ ਉਹ ਚਿੱਠੀ ਆਮ ਚ ਕਾਰਪੋਰੇਸ਼ਨ ਅਗੇਰਾਂ ਨੂੰ ਵੀ ਮੈਂ ਕਨਕਰੋਚਮੈਂਟਸ ਦੀ ਉਹਦਾ ਹਵਾਲਾ ਦੇ ਕੇ ਜਿਹੜੀ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਉਹ ਆਰਡਰ ਕੀਤਾ ਸੀ ਉਸ ਤੋਂ ਬਾਅਦ ਮੈਂ 15 ਦਿਨ ਬਾਅਦ ਮੈਂ ਕਨਟੈਂਪਟ ਆਫ ਕੋਰਟ ਫਾਈਲ ਕਰ ਦਿੱਤੀ ਹਾਈ ਕੋਰਟਸ ਇਹ ਮੇਰਾ ਪੂਰਾ ਮੈਂ ਤਿਆਰ ਕੀਤਾ ਹੈ ਸਾਰਾ ਜਿਹੜੇ ਕਿ ਤੁਸੀਂ ਬਕਾਇਦਾ ਇਸ ਚੀਜ਼ ਨੂੰ ਫੋਲੋ ਕਰ ਰਹੇ ਹੋ ਔਰ ਇੱਕ ਕੋਸ਼ਿਸ਼ ਹੈ ਤੁਹਾਡੀ ਕਿ ਜਿੰਨੇ ਵੀ ਸ਼ਹਿਰ ਦੇ ਵਿੱਚ ਸੜਕਾਂ ਦੇ ਉੱਪਰ ਨਾਜਾਇਜ਼ ਕਬਜ਼ੇ ਹੋਏ ਨੇ ਉਹਨਾਂ ਨੂੰ ਹਟਾ ਦੋਗੇ ਬਿਲਕੁਲ ਜੀ ਬਿਲਕੁਲ ਦੇਖੋ ਜੀ ਮੈਂ ਜੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤਾਂ ਸਾਡੀ ਪਬਲਿਕ ਦੀ ਵੀ ਜ਼ਿੰਮੇਵਾਰੀ ਕੁਝ ਬੰਦੀ ਹੈ ਦੇਖੋ ਦੋਨੋਂ ਪਾਸੇ ਹੀ ਹੈ ਉਹਨੂੰ ਇਹ ਦੁਕਾਨਦਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਪਾਂ ਜਿਹੜੀ ਆਪਾਂ ਸਾਡਾ ਸ਼ਹਿਰ ਹੈ ਕਿ ਇੱਥੇ ਜਗ੍ਹਾ ਬੋਹਾ ਚੰਗੀ ਕਰਨੀ ਹੈ ਤਾਂ ਆਪਾਂ ਇਨਕ੍ਰੋਚਮੈਂਟ ਕਿਉਂ ਕਰਨੀ ਹੈ ਜੇ ਦੁਕਾਨ ਇੱਕ ਸਾਡੀ ਹੈ ਉਹਦੇ 'ਚ ਆਪਣਾ ਆਪਣਾ ਲਗਾਓ ਡਿਸਪਲੇ ਕਰੋ ਗਾਗ ਵੀ ਤਾਂ ਆਈ ਜਾਂਦੇ ਹੂੰਜੇ ਸ਼ੇਖਾ ਬਜ਼ਾਰ ਚ ਦੇਖੋ ਕਬਜੇ ਆ ਜਿੰਨੂੰ ਮਰਜ਼ੀ ਪੁੱਛ ਲੋ ਬੰਦਾ ਕਹਿੰਦਾ ਜੀ ਗਾਹਕ ਨਹੀਂ ਆਂਦਾ ਗਾ ਕਿਉਂ ਆਏਗਾ ਪੈਦਲ ਚੱਲਣ ਜੋਗੀ ਤੂੰ ਜਗ੍ਹਾ ਨਹੀਂ ਛੱਡੀ ਤੋ ਤੇ ਗਾ ਘੜਾ ਤੁਹਾਡੇ ਬਿਜਾਰਾਂ ਚ ਵੜੇਗਾ ਇਹ ਤਾਂ ਪਬਲਿਕ ਨੂੰ ਵੀ ਸਮਝਣਾ ਚਾਹੀਦਾ ਬਿਲਕੁਲ ਜੀ ਪਬਲਿਕ ਨੂੰ ਵੀ ਸਮਝਣਾ ਚਾਹੀਦਾ ਪਬਲਿਕ ਵੀ ਫਸ ਫਸਾ ਕੇ ਨਿਕਲ ਜਾਂਦੀ ਹੈ ਜੇਕਰ ਅਸੀਂ ਸ਼ਹਿਰ ਦੀ ਇਸ ਆਵਾਜਾਈ ਦੀ ਇਸ ਟ੍ਰੈਫਿਕ ਦੀ ਗੱਲ ਕਰੀਏ ਤਾਂ ਟ੍ਰੈਫਿਕ ਸਾਡੇ ਸ਼ਹਿਰ ਦੀ ਐਂਟਰੀ ਪੁਆਇੰਟ ਰਾਮਾ ਮੰਡੀ ਤੋਂ ਸ਼ੁਰੂ ਹੋ ਜਾਂਦਾ ਰਾਮਾ ਮੰਡੀ ਫਲਾਈਓਵਰ ਬਣਿਆ ਸੀ ਕਿ ਸ਼ਾਇਦ ਕਿਤੇ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਜਵੇ ਪਰ ਉਸ ਫਲਾਈਓਵਰ ਦੇ ਉੱਪਰ ਵੀ ਰਾਤ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਅੱਧੇ ਘੰਟੇ ਦਾ ਸਫ਼ਰ ਦੋ ਦੋ ਘੰਟੇ ਦਾ ਬਣ ਚੁੱਕਾ ਹੈ ਔਰ ਉਸ ਤੋਂ ਅੱਗੇ करिए हर पासे लोगों ने कब्जे किए हुए हैं और लंघना मुश्किल है और इस दी आवाज बने ने एडवोकेट अशोक शर्मा जी शर्मा जी जो जो कहने की कंडेम ऑफ कोर्ट आपा दायर करनी है ਉਹਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਫਿਰ ਇਹ ਜਲਦੀ ਇਨਸਾਫ ਮਿਲੇਗਾ ਹੋਏਗੀ ਸਾਬ ਸਵਾਈ ਬਿਲਕੁਲ ਹੋਏਗਾ ਜੀ ਕਿਉਂਕਿ ਦੇਖੋ ਅਦਾਲਤ ਹੀ ਇਸ ਵੇਲੇ ਸਾਡੇ ਕੋਲ ਇੱਕ ਹਥਿਆਰ ਹੈ ਜਿਹੜੀ ਕਿ ਚਲੋ ਉਹਨਾਂ ਦਾ ਉਹ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਆ ਠੀਕ ਹੈ ਨਾ ਬਾਕੀ ਜੇ ਤੁਸੀਂ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਚਲ ਜਿਓ ਤਾਂ ਸ਼ਹਿਰ ਦਾ ਤਾਂ ਜਿ ਬੇੜਾ ਕਰ ਕੱਜ ਗਿਆ ਹੰਤੋਂ 10 ਸਾਲ ਪਹਿਲਾਂ ਤਾਂ ਤੁਸੀਂ ਹਿਸਾਬ ਲੈਣਾ ਵੀ ਤੁਹਾਨੂੰ ਮੁਸ਼ਕਲ ਹੋ ਜਾਣਾ ਹਿਸਾਬ ਦੀ ਹਾਲਾਤ ਜਲਦੇ ਪੇਲੇ ਜੀ ਤੇ ਜਦੋਂ ਜਦੋਂ ਇਦਾਂ ਦਾ ਕੋਈ ਕੰਮ ਕਰਦਾ ਹੈ ਤਾਂ ਉਹਦੇ ਖਿਲਾਫ ਵੀ ਲੋਕੀ ਬਹੁਤ ਹੋ ਜਾਂਦੇ ਨੇ ਤੁਹਾਨੂੰ ਨਹੀਂ ਡਰ ਲੱਗਦਾ ਕਿ ਇਹ ਸਾਰਾ ਸ਼ਹਿਰ ਹੀ ਇਕੱਠਾ ਹੋ ਕੇ ਐਡਵੋਕੇਟ ਅਸ਼ੋਕ ਸ਼ਰਮਾ ਦੇ ਖਿਲਾਫ ਹੋ ਜਾ ਹੁੰਦਾ ਜੀ ਹੁੰਦਾ ਜੀ ਮੈਨੂੰ ਵੀ ਬੜਾ ਕੁਝ ਮੈਂ ਇਦਾਂ ਨਹੀਂ ਹੈਗਾ ਸਮਾਜ ਸੇਵਾ 'ਚ ਬੜੇ ਸਾਲਾਂ ਮੈਨੂੰ ਘੱਟੋ ਘੱਟ 25 30 ਸਾਲ ਹੋ ਗਏ ਨੇ ਬੜੀਆਂ ਜਗ੍ਹਾ ਮੈਨੂੰ ਵੀ ਬੜੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਠੀਕ ਹੈ ਜਿਹੜਾ ਇਹ ਲੜਨੀ ਲੜਾਈ ਜੇ ਲੜਨੀ ਹੈ ਤਾਂ ਹਿੰਮਤਾਂ ਰੱਖਣੀ ਪੈਣੀ ਹੈ ਜੀ ਜੇ ਡਰ ਗਏ ਤਾਂ ਫੇ ਤਾਂ ਮੈਂ ਕੰਨਾ ਖਤਮ ਹੀ ਹੋ ਗਿਆ ਫਿਰ ਕੀ ਪੈਦਾ ਕੀ ਆ ਜੀ ਬਿਲਕੁਲ ਜੀ ਜੇ ਸੱਚਮੁੱਚ ਡਰ ਦੇ ਨਾਲ ਬੈਠੇ ਰਹੇ ਤਾਂ ਸਾਡੇ ਇਸੋ ਸ਼ਹਿਰ ਦੇ ਬਾਬਤ ਕੌਣ ਸੋਚੇਗਾ ਔਰ ਆਮ ਤੌਰ ਤੇ ਲੋਕਾਂ ਦੀ ਧਾਰਨਾ ਹੈ ਕਿ ਇੱਥੇ ਸ਼ਹੀਦੀ ਤਾਂ ਕੋਈ ਦੇ ਦੇਵੇ ਪਰ ਗਵਾਂਡੀਆਂ ਦਾ ਮੁੰਡਾ ਦੇ ਦੇਵੇ ਸਾਡੇ ਘਰ ਦੇ ਵਿੱਚੋਂ ਸ਼ਹੀਦ ਪੈਦਾ ਨਾ ਹੋਵੇ ਅਸੀਂ ਨਾ ਕਿਤੇ ਅੱਗੇ ਆ ਜਾਈਏ ਅਸੀਂ ਨਾ ਕਿਤੇ ਕਿਸੇ ਮਾਮਲੇ ਦੇ ਖਿਲਾਫ ਕੋਈ ਆਵਾਜ਼ ਚੁੱਕ ਲਈਏ ਔਰ ਤੁਸੀਂ ਚੱਕਦੇ ਹੋ ਇਹ ਆਵਾਜ਼ ਕਿਉਂਕਿ ਇਕੱਲਾ ਬੰਦਾ ਚੱਲਦਾ ਫਿਰ ਕਾਫਲਾ ਬਣਦਾ ਹੈ ਕਿ ਕੋਈ ਕਾਫਲੇ ਦੇ ਵਿੱਚ ਆਣ ਕੇ ਹੋਰ ਵੀ ਖੜਿਆ ਦੇਖੋ ਜੀ ਮੈਂ ਪਹਿਲਾਂ ਜਦੋਂ ਸਾਡੇ ਨਾਲ ਤਾਂ ਚੱਲਦੇ ਸੀ ਅੱਜ ਦੀ ਤਰੀਕ ਚ ਤਾਂ ਪਤਾ ਨਹੀਂ ਲੋਕਾਂ ਦੇ ਮਨ ਚ ਡਰ ਆਣਾ ਸ਼ੁਰੂ ਹੋ ਗਿਆ ਡਰ ਇਸ ਲਈ ਹੈ ਕਿਉਂਕਿ ਪ੍ਰਸ਼ਾਸਨ ਦੇ ਕੰਨਾਂ ਚ ਜੂਂ ਰੇਂਗਦੀ ਨਹੀਂ ਲੋਕੀ ਥੱਕ ਜਾਂਦੇ ਨੇ ਮੇਰੇ ਵਰਗੇ ਬੰਦੇ ਕਈ ਉੱਠਦੇ ਨੇ ਚਲੋ ਮਿੰਤਾ ਥੋੜਾ ਕਾਨੂੰਨ ਦੀ ਜਾਣਕਾਰੀ ਹੈ ਕਿ ਸਾਨੂੰ ਥੋੜਾ ਅਦਾਲਤ ਦਾ ਪਸਾਰਾ ਲੈ ਲੈਂਦੇ ਆ ਕਿ ਸਾਨੂੰ ਪਤਾ ਕੀ ਕਾਨੂੰਨ ਐ ਵਾ ਬਟ ਮੋਸਟਲੀ ਜਿਹੜੇ ਲੋਕੀ 90% ਹਨਾ ਉਹ ਥੋੜਾ ਬਤਾ ਮੱਥਾ ਮਾਰਦੇ ਹੀ ਰਹਿਣਾ ਉਹ ਦੇਖਦੇ ਕਿ ਕੋਈ ਕਾਰਵਾਈ ਤਾਂ ਹੁੰਦੀ ਨੂੰ ਫੇ ਘਰ ਬਹਿ ਜਾਂਦੇ ਵਿਚਾਰੇ ਜੀ ਹਾਂ ਕਿਉਂਕਿ ਕਾਰਵਾਈ ਨਹੀਂ ਕੋਈ ਹੁੰਦੀ ਅੱਗੋਂ ਬਿਲਕੁਲ ਜੀ ਜਦ ਕੋਈ ਕਾਰਵਾਈ ਨਹੀਂ ਹੋਣੀ ਤਾਂ ਫਿਰ ਲੋਕਾਂ ਨੇ ਆਪਣੇ ਘਰ ਤਾਂ ਬੈਠਣਾਈਆਂ ਪਰ ਜਿਵੇਂ ਐਡਵੋਕੇਟ ਅਸ਼ੋਕ ਸ਼ਰਮਾ ਜੀ ਕਾਨੂੰਨ ਦੇ ਵਕੀਫਕਾਰ ਨੇ ਔਰ ਕਾਨੂੰਨ ਦੇ ਮਾਹਰ ਨੇ ਔਰ ਇਸ ਕਰਕੇ ਕਾਨੂੰਨ ਦਾ ਸਹਾਰਾ ਲੈ ਕੇ ਤੁਹਾਡੇ ਸਾਡੇ ਸਾਰਿਆਂ ਦੇ ਆਪਣੇ ਇਸ ਮਹਾਨਗਰ ਜਲੰਧਰ ਸ਼ਹਿਰ ਦੀਆਂ ਸੜਕਾਂ ਨੂੰ ਖਾਲੀ ਕਰਵਾਉਣ ਦੇ ਲਈ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਆਵਾਜ਼ ਦਾ ਸਾਥ ਦੇਣਾ ਬਣਦਾ ਹੈ ਇਸ ਤਰ੍ਹਾਂ ਦੀ ਆਵਾਜ਼ ਦੇ ਨਾਲ ਚੱਲ ਕੇ ਹੰਗਾਰਾ ਕਰਨ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਕੰਮ ਜਿਹੜਾ ਤੁਸੀਂ ਬੀੜਾ ਜਿਹੜਾ ਤੁਸੀਂ ਚੁੱਕਿਆ ਉਹ ਜਲਦ ਤੋਂ ਜਲਦ ਜਿਹੜਾ ਸਿਰੇ ਚੜੇ ਔਰ ਸਾਡੀਆਂ ਸ਼ਹਿਰ ਦੀਆਂ ਸੜਕਾਂ ਜਿਹੜੀਆਂ 60-60 ਫੁੱਟੀਆਂ ਨੇ ਉਹ ਸਾਨੂੰ ਦਿਖਾਈ ਦੇਣ ਔਰ ਉੱਥੋਂ ਨਾਜਾਇਜ਼ ਕਬਜ਼ੇ ਜਿਹੜੇ ਚੱਕੇ ਜਾਣ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਆਮ ਲੋਕਾਂ ਲਈ ਇਹ ਹੈ ਕਿ ਦੇਖੋ ਸਾਡੇ ਰਾਈਟਸ ਨੇ ਫੰਡਾਮੈਂਟਲ ਰਾਈਟਸ ਹੈ ਜਿਹੜਾ ਸਾਡਾ ਕਨਸਟੀਟਿਊਸ਼ਨ ਨੇ ਸਾਨੂੰ ਪ੍ਰੋਵਾਈਡ ਕੀਤੇ ਹੈ ਉਨਾ ਥੋੜਾ ਯਾ ਪੜਨ ਦੀ ਜ਼ਰੂਰਤ ਹੈ ਦੇਖੋ ਜੇ ਤੁਸੀਂ ਉਹ ਕਨਸਟੀਟਿਊਸ਼ਨ ਤੁਹਾਨੂੰ ਆਪਣੇ ਰਾਈਟਸ ਪਤਾ ਚੱਲ ਜਾਂਦਾ ਮੈਂ ਕਹਿੰਦਾ ਕਿ ਸ਼ਹਿਰ ਛੱਡੋ ਸਾਡਾ ਦੇਸ਼ ਜਿਹੜਾ ਹੈ ਨੰਬਰ 1 ਤੇ ਵਰਲਡ ਚ ਹੋ ਜਾਵੇ ਬਹੁਤ ਅੱچھے ਕਨਸਟੀਟਿਊਸ਼ਨ ਦੇ ਬੜੇ ਪ੍ਰਾਵਧਾਨ ਨੇ ਕਿ ਜਿੱਥੇ ਤੁਹਾਨੂੰ ਨਹੀਂ ਤੁਹਾਡੇ ਰਾਈਟ ਮਿਲਦੇ ਕਿ ਤੁਸੀਂ ਅਦਾਲਤ ਦਾ ਸਹਾਰਾ ਲੈ ਸਕਦੇ ਹੋ ਤੇ ਮੈਂ ਕਹਿੰਦਾ ਕਿ ਸ਼ਰਤ ਇਹ ਜੇ ਲੋਕਾਂ ਦੇ ਦਿਮਾਗ 'ਚ ਉਹ ਸਾਰੇ ਰਾਈਟਸ ਪਤਾ ਚੱਲ ਜਾਣ ਤੇ ਮੈਂ ਕਹਿੰਦਾ ਕਿ ਐਡਮਿਨਿਸਟ੍ਰੇਸ਼ਨ ਛੱਡੋ ਕਿ ਸਾਰਾ ਕੁਝ ਸਫਾਈ ਹੋ ਜਣੀ ਹੈ ਕਰਪਸ਼ਨ ਵੀ ਤੁਹਾਡੀ ਠੀਕ ਹੋ ਜਣੀ ਹੈ ਸਫਾਈ ਕਨਕਰੋਚਮੈਂਟਾਂ ਵੀ ਦੂਰ ਹੋ ਜਾਣੀਆਂ ਨਸ਼ਾ ਵੀ ਜਿਹੜਾ ਲਓ ਜੀ ਇਹ ਜੇਕਰ ਸਾਨੂੰ ਆਪਣੇ ਅੰਦਰ ਦੀ ਜਾਣਕਾਰੀ ਹੋਵੇ ਕਿ ਸਾਡੇ ਅੰਦਰ ਕੌਣ ਬੈਠਾ ਹੈ ਤੇ ਸਾਡੇ ਅਧਿਕਾਰ ਕੀ ਨੇ ਤਾਂ ਫਿਰ ਸੱਚਮੁੱਚ ਸਾਡੇ ਦੇਸ਼ ਦੀ ਆਬੋ ਹਵਾ ਦੇ ਸਮੇਤ ਇਹ ਪੂਰਾ ਪ੍ਰਸ਼ਾਸਨਿਕ ਮਾਹੌਲ ਵੀ ਬਦਲ ਸਕਦਾ ਉਹਦੇ ਵਾਸਤੇ ਹਿੰਮਤ ਕਰਨੀ ਪੈਗੀ ਜਿਵੇਂ ਐਡਵੋਕੇਟ ਅਸ਼ੋਕ ਸ਼ਰਮਾ ਜੀ ਕਰ ਰਹੇ ਨੇ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹ ਸਾਡੇ ਨਾਲ ਜੁੜੇ ਰਹੇ ਤੇ ਇਸ ਆਵਾਜ਼ ਦੇ ਨਾਲ ਤੁਸੀਂ ਵੀ ਆਵਾਜ਼ ਮਿਲਾ ਕੇ ਆਪਣੇ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਲਈ ਕੋਸ਼ਿਸ਼ ਕਰ ਸਕਦੇ ਹੋ ਤਾਂ ਕਿ ਉਹ ਬੋਰਡ ਸਾਰਥਕ ਹੋ ਸਕਣ ਜਿਨ੍ਹਾਂ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਮੁਸਕਰਾ ਦਿਓ ਹੁਣ ਤੁਸੀਂ ਜਲੰਧਰ ਸ਼ਹਿਰ ਦੇ ਵਿੱਚੋਂ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ